जी 15 तो 16 महीने हो गए जी और मीटिंग नहीं हुई। जो मेयर साहब साढ़े बचाले की स्थिति माड़ी हो रही है और हाउस की मीटिंग नहीं अही बुलाई। मीटिंग बुलाई जाए तो कोई कम पैन है, एक दो हर गली का कम पवेगा तो लोगों को सुख हो जाता। तो सवाल उठाए गए कि तुम्हारी सरकार है तुसी पैसा लियाओ। एम सी ए का फर्ज कोई पैसा लियाना नहीं है, साडा कारपोरेशन चो कम लेना फर्ज है। असी कम दसना है, कारपोरेशन साडा कम नू करा दे। नगर निगम बटाला दे विच मेयर भी कांग्रेस है ते 32 एमसी भी कांग्रेस दे ने, पर नगर निगम दी हाउस दी मीटिंग पिछले 15 महीने तो नहीं हुई, जिस दे कारण दस्सिया जा रहा है कि विकास कार्य विच बिचाले रुके हुए ने। दसी के जिम ही अज 15 महीने बाद मीटिंग हुई तो इस दौरान आम आदमी पार्टी दे कौंसलर अते कांग्रेस दे कौंसलर दे विच तिखी बहसबाजी हुई। इस दौरान हंगामा हुंदा भी देखन नूं मिलिया। मीटिंग
आम आदमी पार्टी दे कौंसलरां ने कहा कि कांग्रेस दे वल्लों कोई भी काम कार्ज नहीं किया जाता। उन्होंने कहा कि जिमें ही लोगों के हित दे विच उन्होंने सवाल किए तो कांग्रेस के मेयर मीटिंग छड़दे हुए दिखाई देते। देखो जी 15 महीनों बाद मीटिंग हुई है, वो भी जी मीटिंग हुई है डायरेक्टर साहब ने आ चिट्ठी कढ़ी इनू आ मेयर साहब नू आ देख लो बिना चक पढ़ लो डायरेक्टर साहब ने चिट्ठी कढ़ी है ता मीटिंग हुई है। ਇਹਦਾ ਕੰਮ ਇਹ ਵੀ ਜਦੋਂ ਅਸੀਂ ਬੋਲਣਾ ਕੋਈ ਕੰਮ ਕਹਿਣਾ ਇਹ ਉੱਠ ਕੇ ਭੱਜ ਹੀ ਜਾਂਦਾ। ਮੇਰੇ 25 ਸਾਲ ਹੋਇਆ ਮੇਰੀ ਵਾਰਡ 'ਚ, ਪਹਿਲੇ MCB ਰਹਿ ਕੇ ਗਏ ਆ, ਕੋਈ ਕੰਮ ਨਹੀਂ ਹੋਇਆ ਦਾ। ਮੈਂ ਬਾਂਹ ਖੜੀ ਕਰਕੇ ਕਹਿੰਦਾ ਵਾਂ ਬਿਨਾਂ ਠੱਕ ਜਾ ਕੇ ਚੈੱਕ ਕਰੋ ਤਾਂ ਸਾਡੀ ਹੁਣ ਸਰਕਾਰ ਹੈ, ਹੁਣ ਅਸੀਂ ਕਰਾਵਾਂਗੇ, ਕਰਾਉਣੇ ਕਿਉਂ ਨਹੀਂ, ਅਸੀਂ ਹੁਣ ਕਰਾਵਾਂਗੇ। ਜਦੋਂ ਭੱਜ ਹੀ ਜਾਂਦਾ ਮੇਅਰ ਸਾਹਿਬ ਦੀ, ਮੇਅਰ ਸਾਹਿਬ ਦੀ ਅੜਚਣ ਤੁਹਾਡੇ ਸਾਹਮਣੇ ਉੱਠ ਕੇ ਭੱਜ ਗਿਆ। ਅਸੀਂ ਸਾਰੇ ਬੋਲਣ ਡੇ ਹਾਂ, ਅਵਾਲੀਆ ਸਾਹਿਬ ਬੋਲਿਆ ਵੀ ਲੋਕ ਬਿਮਾਰੀਆਂ ਨਾਲ ਮਰਨ ਡੇ ਨੇ, ਮੈਂ ਆਪ ਮਰਨ ਡਿਆ, ਮੈਂ ਕੋਈ ਖਲੋਤਾ ਨਹੀਂ ਜਾਣ ਡਿਆ ਜੀ। 15 ਤੋਂ 16 ਮਹੀਨੇ ਹੋ ਗਏ ਜੀ ਔਰ ਮੀਟਿੰਗ ਨਹੀਂ ਹੋਈ। ਬਜਟ ਦੀ ਮੀਟਿੰਗ ਦੇ ਵਿੱਚ ਮੈਂ ਸਵਾਲ ਉਠਾਇਆ ਸੀ, ਜੋ ਅੱਜ ਹੰਗਾਮਾ ਤੁਸੀਂ ਦੇਖ ਰਹੇ ਹੋ ਨਾ ਉਦਣ ਵੀ ਹੋਇਆ ਸੀ। ਬਜਟ ਦੀ ਮੀਟਿੰਗ ਦੇ ਵਿੱਚ ਮੈਂ ਹੰਗਾਮਾ ਸਵਾਲ ਉਠਾਇਆ ਸੀ ਕਿ ਮਾਨਯੋਗ ਮੇਅਰ ਸਾਹਿਬ ਸਾਡੇ ਬਟਾਲੇ ਦੀ ਸਥਿਤੀ ਮਾੜੀ ਹੋ ਰਹੀ ਹੈ ਔਰ ਹਾਊਸ ਦੀ ਮੀਟਿੰਗ ਨਹੀਂ ਅਸੀਂ ਬੁਲਾਈ, ਮੀਟਿੰਗ ਬੁਲਾਈ ਜਾਵੇ ਅਤੇ ਕੋਈ ਕੰਮ ਪੈਣ ਹੈ, ਇੱਕ ਦੋ ਹਰ ਗਲੀ ਦਾ ਕੰਮ ਪਵੇਗਾ ਅਤੇ ਲੋਕਾਂ ਨੂੰ ਸੁੱਖ ਹੋ ਜਾਂਦਾ। ਅਤੇ ਸਵਾਲ ਉਠਾਏ ਗਏ ਕਿ ਤੁਹਾਡੀ ਸਰਕਾਰ ਹੈ, ਤੁਸੀਂ ਪੈਸਾ ਲਿਆਓ। MCA ਦਾ ਫਰਜ਼ ਕੋਈ ਪੈਸਾ ਲਿਆਉਣਾ ਨਹੀਂ ਹੈ, ਸਾਡਾ ਕਾਰਪੋਰੇਸ਼ਨ 'ਚੋਂ ਕੰਮ ਲੈਣਾ ਫਰਜ਼ ਹੈ। ਅਸੀਂ ਕੰਮ ਦੱਸਣਾ ਹੈ, ਕਾਰਪੋਰੇਸ਼ਨ ਸਾਡਾ ਕੰਮ ਨੂੰ ਕਰਾਵੇ। ਜਿਹੜਾ ਪੈਸਾ ਸਰਕਾਰ ਕੋਲ ਲਿਆਉਣਾ ਉਹ ਕਾਰਪੋਰੇਸ਼ਨ ਦੇ ਵਿੱਚ ਬੈਠੇ ਕਮਿਸ਼ਨ ਸਾਹਿਬ, ਮੇਅਰ ਸਾਹਿਬ, ਇਹ ਉਹਨਾਂ ਨੂੰ ਕਹਿਣ ਵੀ ਇੱਥੇ ਪੈਸਾ ਚਾਹੀਦਾ ਹੈ, ਜੇ ਉਹ ਨਹੀਂ ਦਿੰਦੇ ਤਾਂ ਅਸੀਂ ਇਹਨਾਂ ਦੇ ਨਾਲ ਲੱਗਾਂਗੇ। ਪਰ ਸਾਡੀ ਗੱਲ ਨਾ ਸੁਣਨੀ, ਇਗਨੋਰ ਕਰਨਾ, ਮੀਟਿੰਗ ਬੰਦ ਕਰ ਦੇਣੀ। ਅੱਜ ਵੀ ਹੋਈ ਨਾ ਦੇਖੀ ਤੁਸੀਂ, ਅੱਗੋਂ ਸਵਾਲ ਕਰਨੇ ਕਿ ਤੁਹਾਨੂੰ ਇਹਦਾ ਨਹੀਂ ਪਤਾ, ਇਹਦਾ ਉਹ ਸਾਨੂੰ ਜਿਹੜਾ ਪਤਾ ਉਹ ਤੁਹਾਨੂੰ ਨਹੀਂ ਪਤਾ, ਜਿਹੜਾ ਸਾਨੂੰ ਪਤਾ ਉਹ ਤੁਹਾਨੂੰ ਕਿਉਂ ਨਹੀਂ ਪਤਾ? ਕੀ ਸਮਝਦੇ ਹੋ MC 3 ਆਮ ਆਦਮੀ ਪਾਰਟੀ ਦੇ 3 MCਆਂ ਦੇ ਸਾਹਮਣੇ ਕਾਂਗਰਸ ਦੇ 32 MC ਭੱਜਦੇ ਨਜ਼ਰ ਆਏ? ਪਿਛਲੀ ਬਜਟ ਦੀ ਮੀਟਿੰਗ ਦੇ ਵਿੱਚ ਵੀ ਭੱਜੇ ਸੀ, ਮੇਰੀ ਆਪਣੀ ਡਿਬੇਟ ਦੇ ਵਿੱਚ ਮੀਟਿੰਗ ਬੰਦ ਹੋ ਗਈ। ਅੱਜ ਮੈਂ ਪਹਿਲਾਂ ਪਤਾ ਕਿ ਉਹਨੇ ਹੀ ਬੋਲਣ ਡਿਆ, ਮੈਨੂੰ ਪਤਾ ਸੀ ਅੱਜ ਵੀ ਬੰਦ ਹੋ ਜਾਣੀ, ਹੋ ਗਈ ਨਾ। ਉਧਰ ਇਸ ਮਾਮਲੇ 'ਚ ਕਾਂਗਰਸੀ ਮੇਅਰ ਨੇ ਕਿਹਾ ਕਿ ਹਾਊਸ ਦੀਆਂ ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ, ਆਪਦੇ MC ਨੂੰ ਕੁਝ ਵੀ ਨਹੀਂ ਪਤਾ ਅਤੇ ਵਿਕਾਸ ਕਾਰਜ ਵੀ ਲਗਾਤਾਰ ਜਾਰੀ ਨੇ। ਤੇ ਜੇ ਮਹੀਨੇ ਮੀਟਿੰਗ ਹੋਈ ਹੈ ਉਹਨਾਂ ਨੂੰ ਪਤਾ ਹੀ ਨਹੀਂ FNCC ਕੀ ਹੁੰਦੀ, ਉਹਨਾਂ ਨੂੰ ਪੁੱਛਿਆ ਸੀ ਪਤਾ ਲੱਗਾ ਉਹਨੂੰ ਕੀ ਹੁੰਦੀ ਹੈ FNCC ਦੀ ਵਿੱਚ। ਜਦੋਂ ਸਾਨੂੰ ਲੋੜ ਪੈਂਦੀ ਹੈ ਉਹ ਅਸੀਂ ਮੀਟਿੰਗ ਕਰ ਲੈਂਦੇ ਹਾਂ ਅਤੇ ਮਤੇ ਸਾਰੇ ਪਾਸ ਕਰ ਦਿੰਦੇ ਆ, ਉਹ ਫਿਰ ਬਾਅਦ 'ਚ ਜਦੋਂ ਅਸੀਂ ਮੀਟਿੰਗ ਕਰਨੀ ਉਹਦੀ ਜਾਣਕਾਰੀ ਲਈ ਸਾਰੇ ਅਸੀਂ ਦੱਸ ਦਿੰਦੇ ਹਾਂ ਕਿ ਆਹ ਅਸੀਂ FNCC 'ਚ ਪਾਸ ਕੀਤਾ। ਆਹ 15/9/23 ਨੂੰ ਮੀਟਿੰਗ ਹੋਈ ਹੈ ਹੀਰਲੀ, ਅਤੇ ਉਹਨਾਂ ਨੂੰ ਨਹੀਂ ਪਤਾ ਤਾਂ ਮੈਂ ਕਿਵੇਂ ਜਿਹੜੀ ਸਰਕਾਰੀ ਚਿੱਠੀ ਘੁੰਮਦੀ ਵੀ ਉਹ ਅਸਲ ਵਿੱਚ ਨਿਕਲੀ ਆ, ਮੇਰੇ ਕੋਲ ਤਾਂ ਆਈ ਨਹੀਂ ਜੇ, ਅਤੇ ਉਹ ਪਤਾ ਨਹੀਂ ਹੁਣ ਉੱਥੇ 220 ਕਰੋੜ ਕਿ ਕਿੰਨੇ ਕਰੋੜ ਕਹੀ ਜਾਂਦੇ ਸੀ ਉਹਦਾ ਵੀ ਸਾਨੂੰ ਤਾਂ ਪਤਾ ਨਹੀਂ, ਸਾਡੇ ਕੋਲ ਤਾਂ ਇੱਥੇ ਕਦੇ ਲੱਭਦੇ ਨਹੀਂ ਗਏ, ਉਹ ਜੋ ਮੂੰਹ ਆਉਂਦਾ ਬੋਲ ਚੜ੍ਹਦੇ ਹੈ। ਇਸ ਮੌਕੇ ਜਿਵੇਂ ਹੀ ਨਗਰ ਨਿਗਮ ਦੀ ਕਮਿਸ਼ਨਰ ਨੂੰ ਸਵਾਲ ਕੀਤੇ ਗਏ ਤਾਂ ਉਹ ਕਿਤੇ ਨਾ ਕਿਤੇ ਮਿੱਟੀ ਝਾੜਦੇ ਹੋਏ ਨਜ਼ਰ ਆਏ, ਟਾਲ ਮਟੋਲ ਕਰਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਮੀਟਿੰਗ ਬਹੁਤ ਵਧੀਆ ਰਹੀ ਹੈ ਅਤੇ ਸਾਰੇ ਮੁੱਦੇ ਵੀ ਸੁਣੇ ਗਏ ਨੇ। ਮੈਂ ਤਾਂ ਇਹਨੂੰ ਬਹੁਤ ਹੀ ਪੋਜ਼ਿਟਿਵ ਮੀਟਿੰਗ ਦੇਖੀ ਹੈ ਜੀ, ਬਿਕੋਜ਼ ਜਿੰਨੇ ਕਾਰਪੋਰੇਸ਼ਨ 'ਚ ਮਤੇ ਰੱਖੇ ਗਏ ਸੀਗੇ ਤਾਂ ਆਈ ਐਮ ਸ਼ੋਰ ਇਹ ਮਤੇ ਦਾ ਪੂਰਾ ਆਪਾਂ ਫਾਇਦਾ ਚੱਕਾਂਗੇ ਅਤੇ ਸ਼ਹਿਰ ਦੇ ਵਿਕਾਸ ਦੇ ਕੰਮਾਂ 'ਚ ਲਾਵਾਂਗੇ। ਜਿਹੜੀ ਇੱਕ ਦੂਜੇ ਦੇ ਦੂਸ਼ਣਬਾਜ਼ੀ ਹੋਈ ਕਿਹਾ ਜਾ ਰਿਹਾ ਕਿ ਕਿਸੇ ਦੇ ਕੰਮ ਨਹੀਂ ਹੋਏ ਮੀਟਿੰਗ 1.5 ਸਾਲ ਬਾਅਦ ਹੋਈ, ਇਹਦੇ ਬਾਰੇ ਇਹਨੂੰ ਚੈੱਕ ਐਂਡ ਬੈਲੈਂਸਿਸ ਆਫ ਪੋਲੀਟਿਕਸ ਕਹਿੰਦੇ ਹੈ ਜੀ, ਸੋ ਇਟ ਇਜ਼ ਫਾਈਨ, ਵੀ ਆਰ ਹੈਪੀ, ਇੱਕ ਸਾਡੀ ਗਰੋਥ ਲਈ ਜ਼ਰੂਰੀ ਹੈ। ਥੈਂਕ ਯੂ।
दस दी कि फिलहाल नगर निगम बटाला दे विच 15 महीनों बाद मीटिंग हुई सी जिथे हंगामा हुंदा देखण नूं मिलिया। आम आदमी पार्टी दे कौंसलरां दे वल्लों कांग्रेस दे एमसी दे उते गंभीर इल्जाम लगाए गए अते विकास कार्ज रुके होण दी गल भी आखी गई। बटाला तों रोहित गुप्ता, पंजाबी लोक चैनल।